चैनल सतरंग का सतरंग सैलीब्रिटी प्रोग्राम वेख रहे सारे दर्शकों का एक बार फिर प्रोग्राम में स्वागत है। दर्शकों जिमें कि तुसी जानते हो कि साढ़े नाल अज फिल्म हिंदी फिल्म द असलम स्टार्स की टीम आई हुई है ते फिल्म नूं प्रमोट करन दे लई। सो हुण प्रोड्यूसर ते डायरैक्टर नूं मिलाउण तों बाद असी तुहानूं फिल्म दे एक्टर सुविंदर विक्की जी, बहुत ही खूबसूरत एक्टर ने इन्हां नाल, ते फिल्म दे जिन्हां ने गाने लिखे ने, क्योंकि फिल्म दे म्यूजिक दा भी बहुत ही एक अहम रोल हुंदा एक हर एक फिल्म दे विच। सो गुरचरण सिंह जी, इन्हां दा स्वागत करदे हां जी असीं अपने प्रोग्राम दे विच। थैंक यू सतीवीर, सत श्री अकाल सारयां नूं। मैं सुविंदर विक्की, सतरंग चैनल वेख रहे सारे दर्शकों का मैं बहुत बहुत स्वागत करता हाँ, तो मेरी प्यार भरी सत श्री अकाल कबूल करो जी। सो गल्लां दा सिलसिला शुरू करते हैं जी। तो सब तो पहला तो मैं सुविंदर विक्की जी, जो कि साडे बहुत ही रिस्पैक्टेड अदाकार ने, इन्हां तो पुछना चाहांगा कि थोड़ा तुसी साडे दर्शकों नूं अपने बारे, थोड़े जीवनी बारे थोड़ा दसो। मैं बेसिकली थिएटर फील्ड तो बिलोंग करदा जी। स्कूले जदों ਹੁੰਦਾ ਹੀ ਹੈ ਵੀ ਜਦੋਂ ਬੰਦਾ ਪੜ੍ਹਦਾ ਕਿਸੇ ਨਾ ਕਿਸੇ ਆਰਟ ਫੀਲਡ ਵੱਲ ਉਹਦਾ ਰੁਝਾਨ ਹੋ ਜਾਂਦਾ, ਅਤੇ ਇੱਦਾਂ ਹੀ ਮੇਰਾ ਥੀਏਟਰ ਵੱਲ ਰੁਝਾਨ ਹੋਇਆ। 8ਵੀਂ 9ਵੀਂ ਦੇ ਵਿੱਚ ਮੈਂ ਡਰਾਮੇ ਸ਼ੁਰੂ ਕਰਤੇ ਸੀ ਕਰਨੇ, ਬਹੁਤ ਤੋਂ ਬਾਅਦ ਵੱਧਦੇ ਵੱਧਦੇ ਜਿਹੜਾ ਥੀਏਟਰ ਦਾ ਜਾਂ ਐਕਟਿੰਗ ਦਾ ਜਿਹੜਾ ਕੀੜਾ ਉਹ ਬਹੁਤ ਬੁਰੀ ਤਰ੍ਹਾਂ ਘਰ ਕਰ ਗਿਆ ਸੀ ਅੰਦਰ, ਅਤੇ ਜਦੋਂ ਗ੍ਰੈਜੂਏਸ਼ਨ ਕੀਤੀ ਤਾਂ ਮਾਈਂਡ ਮੇਕਅਪ ਕਰ ਲਿਆ ਸੀ ਕਿ ਐਜ਼ ਐਨ ਐਕਟਰ ਹੀ ਇਹਨੂੰ ਐਜ਼ ਅ ਪ੍ਰੋਫੈਸ਼ਨ ਲੈਣਾ ਆ। ਉਸ ਤੋਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ ਜੀ ਮੈਂ ਪੋਸਟ ਗ੍ਰੈਜੂਏਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਥੀਏਟਰ ਡਿਪਾਰਟਮੈਂਟ ਤੋਂ ਪਾਸ ਆਊਟ 97 ਦੇ ਵਿੱਚ ਕੀਤੀ। ਉਸ ਤੋਂ ਬਾਅਦ ਚੱਲ ਸੋ ਚੱਲ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ। ਜਿਹੜੀ ਪਹਿਲੀ ਫਿਲਮ ਸੀ ਮੇਰੀ ਗੁਰਦਾਸ ਮਾਨ ਸਾਹਿਬ ਹੋਣਾ ਦੀ ਫਿਲਮ ਦੇਸ ਹੋਇਆ ਪਰਦੇਸ, ਉਹਦੇ 'ਚ ਮੈਂ ਇੱਕ ਛੋਟਾ 3 ਕਸੀਨ ਦਾ ਕਰੈਕਟਰ ਸੀਗਾ, ਟੈਰਰਿਸਟ, ਉਹ ਕੀਤਾ। ਉਸ ਤੋਂ ਬਾਅਦ 15-20 ਫਿਲਮਾਂ ਹੁਣ ਤੱਕ ਆ ਚੁੱਕੀਆਂ ਜੀ। ਗੱਲ ਕਰੀਏ ਜੇ ਗੁਰਚਰਨ ਸਿੰਘ ਜੀ ਨਾਲ, ਤੁਸੀਂ ਥੋੜ੍ਹਾ ਜਿਹਾ ਆਪਣਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਆਪਣੇ ਬਾਰੇ। ਮੈਂ ਜੀ ਸ਼ੁਰੂ ਤੋਂ ਲਿਖਣ ਦਾ ਕਾਫੀ ਚਿਰ ਤੋਂ ਸ਼ੌਂਕ ਸੀਗਾ, ਥੋੜ੍ਹਾ ਥੋੜ੍ਹਾ 10ਵੀਂ 12ਵੀਂ ਤੋਂ ਲਿਖਣਾ ਸ਼ੁਰੂ ਕੀਤਾ, ਜਿਵੇਂ ਥੋੜ੍ਹੀ ਥੋੜ੍ਹੀ ਸਮਝ ਆਉਣੀ ਸ਼ੁਰੂ ਕੀਤੀ ਆ ਉਸ ਹਿਸਾਬ ਨਾਲ ਲਿਖੀ ਜਾ ਰਹੇ ਹਾਂ ਅਸੀਂ। ਪਹਿਲਾਂ ਪੰਜਾਬੀ ਦੇ ਵਿੱਚ ਲਿਖਦੇ ਸੀਗੇ, ਲੇਕਿਨ ਪੰਜਾਬੀ 'ਚ ਲਿਖਣ ਵਾਸਤੇ ਜਿਹੜੀ ਭਾਸ਼ਾ ਦੇ ਵਿੱਚ ਲਿਖਣਾ ਉਹਦੇ ਵਾਸਤੇ ਉਸ ਭਾਸ਼ਾ ਦਾ ਗਿਆਨ ਹੋਣਾ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ। ਉਹਦੇ ਵਾਸਤੇ ਬੜਾ ਕੁਛ ਪੰਜਾਬੀ ਦੀ ਵਿਆਕਰਨ, ਪੰਜਾਬੀ ਦਾ ਜੋ ਇਤਿਹਾਸ ਲਿਟਰੇਚਰ ਹੈ ਜਾਂ ਸਾਹਿਤਕ ਜੋ ਵੀ ਉਹਨਾਂ ਦਾ ਹੈਗਾ ਉਹ ਪੜ੍ਹਿਆ, ਜਿਹਦੇ ਨਾਲ ਤਾਂ ਕਿ ਪੰਜਾਬੀ ਉਸ ਭਾਸ਼ਾ ਦੀ ਸਮਝ ਆਵੇ ਜਿਹਦੇ 'ਚ ਅਸੀਂ ਲਿਖਣਾ। ਸਾਨੂੰ ਕਿਉਂਕਿ ਗੀਤਕਾਰੀ ਕੀ ਹੈ, ਲਫਜ਼ਾਂ ਦਾ ਹੀ ਹੇਰ ਫੇਰ ਹੈ। ਲਫਜ਼ਾਂ ਨੂੰ ਅਸੀਂ ਜਿੰਨਾ ਵਧੀਆ ਤਰੀਕੇ ਨਾਲ ਸਮਝ ਸਕਦੇ ਹਾਂ ਉਨਾ ਵਧੀਆ ਤਰੀਕੇ ਨਾਲ ਅਸੀਂ ਕਿਸੇ ਚੀਜ਼ ਨੂੰ ਫਿਰ ਪ੍ਰੈਜੈਂਟ ਕਰ ਸਕਦੇ ਹਾਂ ਗੀਤਾਂ ਦੇ ਜ਼ਰੀਏ। ਜਿਹੜੇ ਸਾਡੇ ਫਿਲਮ ਦੇ ਡਾਇਰੈਕਟਰ ਨੇ ਸੰਦੀਪ ਬਾਵਾ ਜੀ, ਉਹਨਾਂ ਨਾਲ ਅਸੀਂ ਇੱਕ ਪੰਜਾਬੀ ਪ੍ਰੋਜੈਕਟ ਪਹਿਲਾਂ ਕੀਤਾ ਸੀਗਾ, ਸ਼ੁਰੂ ਕੀਤਾ ਸੀਗਾ, ਉਹ ਵੀ ਕੀਤਾ। ਉਸ ਤੋਂ ਬਾਅਦ ਫਿਰ ਅਸੀਂ ਅਸ਼ੀਮ ਮੰਗੋਲੀ ਜੀ ਮਿਊਜ਼ਿਕ ਡਾਇਰੈਕਟਰ ਨੇ ਸਾਡੀ ਦ ਅਸਲਮ ਸਟਾਰ ਫਿਲਮ ਦੇ, ਉਹਨਾਂ ਨਾਲ ਅਸੀਂ ਇੱਕ ਪੰਜਾਬੀ ਫਿਲਮ ਦਾ ਪ੍ਰੋਜੈਕਟ ਕੀਤਾ ਸੀਗਾ, ਜੋ ਬੋਂਬੇ ਤੋਂ ਅਲਕਾ ਜੀ, ਸ਼੍ਰੇਸ਼ ਵਾਡੇਗਰ ਜੀ, ਸਾਧਨਾ ਸਰਗਮ ਜੀ, ਉਹਨਾਂ ਨੇ ਗਾਏ ਗਾਣੇ ਸਾਡੇ ਲਿਖੇ ਹੋਏ। ਸਾਨੂੰ ਬੜੀ ਮਾਣ ਵਾਲੀ ਗੱਲ ਹੈ ਵੀ ਸਾਡੇ ਵਾਸਤੇ, ਅਤੇ ਹੁਣ ਸਲਮ ਸਟਾਰ ਫਿਲਮ ਦਾ ਹਿੱਸਾ ਬਣਨਾ ਵੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਅਤੇ ਵਿੱਕੀ ਜੀ, ਜਿਵੇਂ ਤੁਹਾਡਾ ਫਿਲਮ ਦੇ ਵਿੱਚ ਕੀ ਕਰੈਕਟਰ ਹੈ ਅਤੇ ਉਹਦੇ ਬਾਰੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸੋ, ਕਿਉਂਕਿ ਅਸੀਂ ਟ੍ਰੇਲਰ ਦੇਖਿਆ, ਟ੍ਰੇਲਰ ਦੇ ਵਿੱਚ ਤੁਹਾਡਾ ਐਕਟ ਦੇਖਿਆ, ਅਤੇ ਜਿਵੇਂ ਕਿ ਸਾਰਿਆਂ ਨੂੰ ਪਤਾ ਤੁਹਾਡੇ ਐਕਟਿੰਗ ਬਾਰੇ, ਅਤੇ ਬਹੁਤ ਹੀ ਵਧੀਆ ਕਰੈਕਟਰ ਲੱਗਿਆ, ਸੋ ਸਾਡੇ ਦਰਸ਼ਕਾਂ ਨੂੰ ਵੀ ਉਹ ਜ਼ਰੂਰ ਦੱਸੋ ਜੀ। ਹਾਂਜੀ ਸਤਿ ਜੀ, ਇਹਦੇ ਜੇ ਫਿਲਮ ਹੈ ਸਲਮ ਸਟਾਰਸ, ਇਹਦੇ 'ਚ ਮੈਂ ਨੈਗੇਟਿਵ ਕਰੈਕਟਰ ਕਰ ਰਿਹਾ ਇੱਕ ਪੋਲੀਟੀਸ਼ੀਅਨ ਦਾ, ਜਿਹੜਾ ਜਿੰਨੇ ਵੀ ਸਲਮਸ ਬੱਚੇ ਨੇ, ਜੋ ਫਿਲਮ ਦੀ ਮਤਲਬ ਬੇਸਿਕ ਜੋ ਕਹਾਣੀ ਹੈ ਕਿ ਜੋ ਸਲਮ ਹੈ ਉਹਨੂੰ ਕਿਸ ਤਰ੍ਹਾਂ ਮਾਫੀਆ ਜੋ ਹੈ ਉਹ, ਜਾਂ ਤਾਂ ਸਿਗਨਲਸ 'ਤੇ ਆਪਾਂ ਜਿੱਦਾਂ ਦੇਖਦੇ ਹਾਂ ਵੀ ਭੀਖ ਮੰਗਦੇ ਨੇ ਬੱਚੇ ਉਸ ਪਾਸੇ ਨੂੰ, ਜਾਂ ਕੁੜੀਆਂ ਨੂੰ ਹੋਰ ਗਲਤ ਰਾਹਾਂ 'ਤੇ ਪਾਉਣਾ, ਉਹ ਇੱਕ ਮਾਫੀਆ ਦਿਖਾਇਆ ਗਿਆ ਇਹਦੇ ਵਿੱਚ। ਅਤੇ ਫਿਰ ਹੁਣ ਉਹ ਜਿਹੜੇ ਸਲਮਸ ਬੱਚੇ ਨੇ, ਹੁਣ ਰਿਵੋਲਟ ਵੀ ਸਾਡੇ, ਕਿਉਂਕਿ ਇਨਸਾਨ ਦੀ ਜਿਹੜੀ ਨੇਚਰ ਹੁੰਦੀ ਹੈ ਉਹ ਬਚਪਨ ਤੋਂ ਵੀ ਡਿਵੈਲਪ ਹੁੰਦੀ। ਹੁਣ ਛੋਟਾ ਜਿਹਾ ਬੱਚਾ ਤੁਸੀਂ ਉਹਨੂੰ ਭੀਖ ਮੰਗਾ ਰਹੇ ਹੋ, ਕੋਈ ਉਹਦਾ ਭਵਿੱਖ ਨਹੀਂ ਗਾ, ਕੋਈ ਕੁਛ ਨਹੀਂ, ਹੈ ਨਾ। ਉਹਨੂੰ ਸਿਰਫ ਇੰਨਾ ਪਤਾ ਕਿ ਮੈਂ ਇੱਥੇ ਸਿਰਫ ਪੈਸਾ ਇਕੱਠਾ ਕਰਨਾ, ਹੈ ਨਾ। ਉਹਨੂੰ ਕੋਈ ਇਹ ਨਹੀਂ ਪਤਾ ਕਿ ਮੈਂ ਪੜ੍ਹਨਾ ਆ ਜਾਂ ਕਿ ਮੈਂ ਆਪਣੇ ਬਾਰੇ, ਆਪਣੇ ਭਵਿੱਖ ਬਾਰੇ ਮੈਂ ਕੀ ਕਰਨਾ। ਅਤੇ ਉਹ ਜਿਹੜੀ ਸੋਚ ਹੈ ਨਾ ਸਲਮਸ ਦੀ, ਉਹ ਸ਼ੁਰੂ ਤੋਂ ਹੀ ਮਤਲਬ ਉਹਨਾਂ ਦੇ ਮਾਇੰਡ 'ਚ ਇਹ ਪਾ ਦਿੱਤਾ ਜਾਂਦਾ ਕਿ ਤੁਸੀਂ ਯੂ ਆਰ ਮੈਂਟ ਫੋਰ ਦਿਸ। ਅਤੇ ਉਹ ਜਿਹੜਾ ਫਿਰ ਮਾਫੀ ਆਇਆ ਅੱਗੇ, ਉਹਦਾ ਜਿਹੜਾ ਸਰਗਨਾ ਆ ਬੇਸਿਕਲੀ, ਉਹ ਕਰੈਕਟਰ ਮੈਂ ਕੀਤਾ ਆ। ਤੁਸੀਂ ਗੁਰਚਰਨ ਜੀ, ਜਿਵੇਂ ਅੱਜ ਤੱਕ ਜ਼ਿਆਦਾਤਰ ਪੰਜਾਬੀ ਗਾਣੇ ਮਿਊਜ਼ਿਕ ਇੰਡਸਟਰੀ ਨੇ ਦਿੱਤੇ ਨੇ, ਹੈ ਨਾ, ਸੋ ਵੱਖ ਵੱਖ ਸਿੰਗਰਸ ਨੇ ਤੁਹਾਡੇ ਗਾਣੇ ਗਾਏ ਨੇ, ਸੋ ਇੱਕ ਹਿੰਦੀ ਫਿਲਮ ਦੇ ਲਈ ਗਾਣਾ ਲਿਖਣਾ
ਕਿੰਨਾ ਕੁ ਮੁਸ਼ਕਿਲ ਜਾਂ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਉਸ ਚੀਜ਼ ਦਾ? ਐਕਸਪੀਰੀਅੰਸ ਤਾਂ ਆਪਣਾ ਬੇਟਾ ਬੜਾ ਵਧੀਆ ਰਿਹਾ ਇਹਦੇ ਨਾਲ, ਪੂਰੀ ਫਿਲਮ ਦੇ ਨਾਲ ਕੰਮ ਕਰਨ ਦਾ। ਅਤੇ ਜੋ ਹਿੰਦੀ ਗਾਣਾ ਲਿਖਣਾ ਸੀ, ਮੈਂ ਪਹਿਲਾਂ ਵੀ ਹਿੰਦੀ ਗਾਣੇ ਲਿਖੇ ਆ, ਠੀਕ ਠੀਕ ਹੈ ਹੈ ਜੀ। ਹੁਣ ਇਹ ਸਿਚੁਏਸ਼ਨਲ ਸੌਂਗ ਸੀਗਾ, ਜੀ ਹੈ ਨਾ, ਮੌਕੇ ਨੂੰ, ਹਾਲਾਤ ਨੂੰ ਦੇਖ ਕੇ ਗਾਣਾ ਲਿਖਣਾ ਜੀ, ਸੀਗਾ ਮੇਰੇ ਬਿਲਕੁਲ ਕੋਲ ਇਹ। ਸਿਚੁਏਸ਼ਨ 'ਤੇ ਗਾਣਾ ਹਾਂਜੀ, ਲਿਖਣਾ ਉਹੀ, ਅਤੇ ਉਸ ਸਿਚੁਏਸ਼ਨ ਨੂੰ ਪੂਰਾ ਉਸ ਗਾਣੇ ਦੇ ਵਿੱਚ ਵੀ ਭਰਨਾ, ਫਿਲ ਕਰਨਾ ਵੀ ਹਾਂ ਪੂਰੀ ਹਰ ਇੱਕ ਚੀਜ਼ ਨਿਕਲ ਕੇ ਆਵੇ। ਅਤੇ ਮੇਰੇ ਕੋਲ ਫੋਨ ਆਇਆ ਅਸ਼ੀਮ ਮੰਗੋਲੀ ਜੀ ਦਾ, ਕਹਿੰਦੇ ਭਾਅ ਜੀ ਆਪਣਾ ਫਿਲਮ ਦਾ ਪ੍ਰੋਜੈਕਟ ਚੱਲ ਰਿਹਾ ਅਤੇ ਉਹਦੇ 'ਤੇ ਆਪਾਂ ਨੇ ਇੱਕ ਗਾਣਾ ਲਿਖਣਾ, ਆਪਣੀ ਸਿਚੁਏਸ਼ਨ ਹੈ। ਮੈਂ ਕਿਹਾ ਕੋਈ ਗੱਲ ਨਹੀਂ ਭਾਅ ਜੀ, ਮੈਂ ਆ ਜਾਣਾ। ਅਸੀਂ ਬੈਠੇ, ਉਹਨਾਂ ਨੇ ਸਿਚੁਏਸ਼ਨ ਸੁਣਾਈ ਅਤੇ ਆਪਣੇ ਡਾਇਰੈਕਟਰ ਸਰ ਸੰਦੀਪ ਬਾਵਾ ਜੀ ਵੀ ਉੱਥੇ ਬੈਠੇ ਸੀਗੇ। ਸੁਣੀ, ਸੁਣਨ ਤੋਂ ਬਾਅਦ ਫਿਰ ਉਹ ਇੱਕ ਮੋਟੀਵੇਸ਼ਨਲ ਸੌਂਗ ਹੈ ਕਿ ਜਦੋਂ ਇੱਕ ਬੰਦਾ ਕੋਈ ਕੰਮ ਕਰਦਾ, ਜਦੋਂ ਕੰਮ ਕਰਕੇ ਅਗਰ ਹਿੰਮਤ ਹੋਵੇ, ਬੰਦਾ ਕੁਛ ਵੀ ਕਰ ਸਕਦਾ ਆ ਹਿੰਮਤ ਦੇ ਨਾਲ, ਬਿਲਕੁਲ, ਬਸ ਉਸੇ ਚੀਜ਼ ਨੂੰ ਪ੍ਰੇਜ਼ੈਂਟ ਕਰਦਾ ਹੈ ਗਾਣਾ ਇਹ। ਕਿ ਸਾਰਾ ਕੁਛ ਹੀ ਜਦੋਂ ਤੱਕ ਬੰਦਾ ਆਪ ਨਾ ਕੁਛ ਚਾਹਵੇ, ਆਪਣੇ ਮਨੋਂ ਨਾ ਧਾਰ ਲਏ ਨਾ ਕਿ ਆਪਾਂ ਕੁਛ ਕਰਨਾ ਹੈ ਜ਼ਿੰਦਗੀ ਦੇ ਵਿੱਚ, ਤਾਂ ਉਦੋਂ ਤੱਕ ਕੁਛ ਇੰਪੋਸੀਬਲ ਨਹੀਂ। ਵੈਸੇ ਵੀ ਕਹਿੰਦੇ ਆਪਣੇ ਆਪ ਤੋਂ ਵੱਡਾ ਹੋਰ ਕੋਈ ਕਿਸੇ ਦਾ ਦੋਸਤ ਨਹੀਂ ਹੁੰਦਾ ਹੈ। ਸੋ ਗੱਲ ਕਰਦੇ ਹਾਂ ਜੀ, ਆਖਰੀ ਕੋਈ ਇਹੋ ਜਿਹਾ ਪਲ ਮੂਮੈਂਟ ਫਿਲਮ ਦੇ ਦੌਰਾਨ, ਸ਼ੂਟਿੰਗ ਦੇ ਦੌਰਾਨ, ਜੋ ਤੁਹਾਨੂੰ ਹੁਣ ਤੱਕ ਨਾ ਭੁੱਲ ਹੋ ਸਕੇ, ਕਿਉਂਕਿ ਫਿਲਮ ਇਹ ਜਿਹੜੀ ਹੈਗੀ ਹੈ ਉਹ ਸਾਰੀ ਇਮੋਸ਼ਨਲ ਹੈ ਨਾ ਜੀ। ਸੋ ਬੱਚਿਆਂ ਦੀ ਸਟੋਰੀ ਹੈਗੀ ਹੈ, ਬੱਚਿਆਂ ਨਾਲ ਕੰਮ ਕਰਨਾ ਕਿੰਨਾ ਕੁ ਔਖਾ ਲੱਗਾ, ਅਤੇ ਜਾਂ ਕੋਈ ਹੋਰ ਮੂਮੈਂਟ? ਹਾਂਜੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਸਤਵੀਰ ਜੀ, ਬੱਚਿਆਂ ਨਾਲ ਕੰਮ ਦੀ, ਬੱਚੇ ਮਤਲਬ ਅੱਜ ਕੱਲ੍ਹ ਦੇ ਬੱਚੇ ਬੱਚੇ ਥੋੜ੍ਹੀ ਨੇ, ਤੂਫਾਨ ਨੇ ਸਿੰਪਲੀ, ਹੈ ਨਾ। ਅਸੀਂ ਮਾੜੀ ਮੋਟੀ ਸੰਗ ਸ਼ਰਮ ਅੱਜ ਵੀ ਕਰ ਜਾਂਦੇ ਹਾਂ, ਪਰ ਬੱਚੇ ਮਤਲਬ ਕਿਸੇ ਨੂੰ ਕੁਛ ਗੱਲ ਕਹਿਣੀ ਹੈ ਜਾਂ ਐਜ਼ ਐਨ ਐਕਟਰ ਲਾ ਲਓ, ਆਪਣੀ ਹਰ ਕੋਈ ਬੱਚਾ ਆਪਣੀ ਫੀਲਡ ਦੇ ਵਿੱਚ, ਚਾਹੇ ਉਹਨੂੰ ਕਿਤੇ ਮੌਕਾ ਮਿਲਦਾ ਨਾ ਸਟੇਜ 'ਤੇ ਆਉਣ ਦਾ, ਐਜ਼ ਆ ਜੇ ਕਿਸੇ ਨੇ ਪੋਇਮ ਕਹਿਣੀ ਹੈ ਜਾਂ ਡਾਂਸ ਕਰਨਾ, ਤਾਂ ਮਤਲਬ ਪਤਾ ਨਹੀਂ ਕਿੱਥੋਂ ਇਹਨਾਂ ਇਹਦੇ ਵਿੱਚ ਇੱਕ ਐਕਸਟਰਾ ਹੀ ਚਿੱਪ ਰੱਬ ਨੇ ਅੱਜ ਕੱਲ੍ਹ ਦੀ ਪਨੀਰੀ 'ਚ ਪਾ ਕੇ ਭੇਜੀ ਹੈ ਕਿ ਐਕਸਟਰਾ ਆਰਡੀਨਰ, ਕਿਉਂਕਿ ਜ਼ਮਾਨਾ ਕੰਪਿਊਟਰ ਦਾ ਆ, ਅਤੇ ਜੇ ਉਹੋ ਜਿਹੇ ਬੱਚੇ ਨਹੀਂ ਆਉਣਗੇ ਤਾਂ ਕੰਪੀਟ ਕਿਵੇਂ ਕਰਨਗੇ, ਹੈ ਨਾ। ਅਤੇ ਬੱਚਿਆਂ ਨਾਲ ਬਹੁਤ ਹੀ ਅੱਛਾ ਲੱਗਾ ਕੰਮ ਕਰਕੇ, ਸਾਰੇ ਟੈਲੈਂਟਡ ਬੱਚੇ, ਔਰ ਕੁਛ ਥੀਏਟਰ ਤੋਂ ਬਿਲੋਂਗ ਕਰਦੇ ਸੀਗੇ, ਅਤੇ ਸਾਰਿਆਂ ਨਾਲ ਕੰਮ ਕਰਕੇ ਅੱਛਾ। ਵਾਕਿਆ ਜਿਹੜੀ ਗੱਲ ਕਰ ਰਹੇ ਹੋ ਤੁਸੀਂ, ਕੋਈ ਐਸੀ ਚੀਜ਼, ਕਿਉਂਕਿ ਇਹਦੀਆਂ ਜਿਹੜੀਆਂ ਲੋਕੇਸ਼ਨਸ ਦੀ ਮੈਂ ਗੱਲ ਕਰਾਂਗਾ ਨਾ, ਉਹ ਸਾਰੀਆਂ ਟਿਪੀਕਲ ਲੋਕੇਸ਼ਨਸ, ਕੋਈ ਸੈੱਟ ਨਹੀਂ ਲੱਗਿਆ ਹੋਇਆ, ਸਾਰੀਆਂ ਓਰੀਜਨਲ ਲੋਕੇਸ਼ਨਸ 'ਤੇ ਸ਼ੂਟ ਹੋਈਆਂ। ਹੁਣ ਸਲਮਸ ਦੀ ਗੱਲ ਕਰੀਏ ਤਾਂ ਸਲਮਸ ਦੇ ਵਿੱਚ ਜਾ ਕੇ ਸ਼ੂਟਿੰਗ ਹੋਈ ਹੈ, ਕੂੜੇਦਾਨ ਦੇ ਜਿੱਥੇ ਢੇਰ ਲੱਗੇ ਹੋਏ ਨੇ, ਹੈ ਨਾ, ਉੱਥੇ ਮੱਖੀਆਂ, ਮੱਛਰ, ਔਰ ਵੈਨਿਟੀ ਵੀ ਨਹੀਂ ਸੀਗੀ, ਅਤੇ ਲੇਕਿਨ ਉਹਦੇ 'ਚ ਇਹ ਹੈ ਅੱਛਾ ਹੁਣ ਉਹ ਕੀ ਮਾਹੌਲ ਇੱਦਾਂ ਦਾ, ਹੁਣ ਜਾ ਕੇ ਬੰਦਾ ਵੈਨਿਟੀ 'ਚ ਬਹਿ ਜਾਵੇ, ਐਸੀ ਨਹੀਂ ਵੀ ਵੈਨਿਟੀ ਆ ਨਹੀਂ ਸਰ, ਬਿਲਕੁਲ ਵੈਨਿਟੀ 'ਚ ਬਹਿ ਜਾਵੇ ਉੱਥੋਂ ਆ ਕੇ, ਉਹ ਗੱਲ ਨਹੀਂ ਬਣਦੀ। ਓਰੀਜਨਲਿਟੀ ਕ੍ਰੀਏਟ ਕਰਨ ਵਾਸਤੇ ਤੁਹਾਨੂੰ ਉਹਦਾ ਹਿੱਸਾ ਬਣਨਾ ਪੈਂਦਾ ਹੈ, ਲੇਕਿਨ ਬੱਚਿਆਂ ਨੇ ਇੱਕ ਪਰਸੈਂਟ ਵੀ ਮਤਲਬ ਇਹ ਨਹੀਂ ਕਿਹਾ ਕਿ ਨਹੀਂ ਜੀ ਹਮ ਕੋਈ ਨਹੀਂ ਕਰੇਂਗੇ ਜਾਂ ਕਿਵੇਂ, ਚਲੋ ਓਡੋਮੋਸ ਵਗੈਰਾ 'ਚ ਲਾ ਕੇ ਸਾਰਾ, ਔਰ ਤੁਸੀਂ ਦੇਖੋ ਮਤਲਬ ਬਦਬੂ ਆ ਰਹੀ ਹੈ ਨਾ ਉੱਥੋਂ, ਬਹੁਤ ਇੱਦਾਂ ਸਭ ਨੇ ਨੱਕ ਢੱਕੇ ਹੋਏ ਆ, ਉਹ ਜਾ ਰਿਹਾ, ਲੇਕਿਨ ਜਦੋਂ ਪਰਫੋਰਮੈਂਸ ਦਾ ਟਾਈਮ ਹੈ ਉਦੋਂ ਪੂਰੀ ਖੁੱਲ੍ਹ ਕੇ, ਮਤਲਬ ਆਹ ਇੱਕ ਜਿਹੜਾ ਮੈਨੂੰ ਚੀਜ਼ ਅੱਛੀ ਲੱਗੀ ਇਹਦੇ ਵਿੱਚ, ਫਿਲਮ ਦੇ ਵਿੱਚ, ਅਤੇ ਸਾਰੀ ਚੀਜ਼ ਓਰੀਜਨਲੀ ਦੇਖੋਗੇ ਤੁਸੀਂ, ਅਤੇ ਬਾਕੀ ਐਂਡ ਦੇ ਵਿੱਚ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਅਤੇ ਸਾਰਿਆਂ ਨੂੰ ਜਿੱਥੇ ਤੱਕ ਵੀ ਮੈਂ ਪਹੁੰਚ ਰਿਹਾ, ਮੇਰੀ ਇੰਨੀ ਕੁ ਗੁਜ਼ਾਰਿਸ਼ ਹੈ ਜੀ, 7 ਜੁਲਾਈ ਨੂੰ ਹੱਥ ਜੋੜ ਕੇ ਗੁਜ਼ਾਰਿਸ਼, 7 ਜੁਲਾਈ ਨੂੰ ਆਪਣੇ ਨੇੜਲੇ ਸਿਨੇਮਾ ਘਰਾਂ 'ਚ ਜ਼ਰੂਰ ਪਹੁੰਚਣਾ ਅਤੇ ਜਾ ਕੇ ਦੇਖਣੀ ਹੈ ਦਾ ਸਲਮ ਸਟਾਰਸ ਜੀ। ਜ਼ਰੂਰ, ਮੈਂ ਖੁਦ ਇਹੀ ਕਹਿੰਦਾ ਕਿ ਲੋਕ ਇਸ ਫਿਲਮ ਨੂੰ ਦੇਖਣ ਅਤੇ ਬਹੁਤ ਜ਼ਿਆਦਾ ਪਿਆਰ ਦੇਣ। ਸੋ ਗੁਰਚਰਨ ਜੀ, ਤੁਸੀਂ ਕੋਈ ਆਪਣੇ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹੋ? ਸੱਤੀ ਜੀ, ਅਸੀਂ ਮੈਸੇਜ ਤਾਂ ਹਜੇ ਨਹੀਂ ਕੁਝ ਇੰਨਾ ਦੇ ਸਕਦੇ ਦਰਸ਼ਕਾਂ ਨੂੰ, ਬਸ ਇੰਨੀ ਬੇਨਤੀ ਰਿਕੁਐਸਟ ਕਰ ਸਕਦੇ ਹਾਂ, ਜਿਵੇਂ ਕਿ ਭਾਅ ਜੀ ਉਹਨਾਂ ਨੇ ਕਿਹਾ, ਸਾਡੇ ਪ੍ਰੋਡਿਊਸਰ ਸਰ ਬਲਕਾਰ ਜੀ, ਸੰਦੀਪ ਬਾਵਾ ਜੀ, ਬਾਕੀ ਪੂਰੀ ਟੀਮ ਵੱਲੋਂ ਇਹੀ ਰਿਕੁਐਸਟ ਹੈ ਕਿ ਆਪਣੇ 7 ਜੁਲਾਈ ਨੂੰ ਆਪਣੇ ਨੇੜਲੇ ਸਿਨੇਮਾਘਰ ਵਿੱਚ ਜਾ ਕੇ ਜ਼ਰੂਰ ਆਪਣੇ ਪਰਿਵਾਰ ਨਾਲ ਫਿਲਮ ਦੇਖੋ, ਪੂਰੀ ਐਂਟਰਟੇਨਿੰਗ ਫਿਲਮ ਹੈ। ਧੰਨਵਾਦ ਜੀ। ਸੋ ਇਸੇ ਦੇ ਨਾਲ ਜੀ ਅਸੀਂ ਇਸ ਪ੍ਰੋਗਰਾਮ ਵਿੱਚ ਇਜਾਜ਼ਤ ਲੈਂਦੇ ਹਾਂ ਤੁਹਾਡੇ ਤੋਂ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹੋਗੇ, ਅਤੇ ਜ਼ਰੂਰ ਦੇਖਿਓ ਦਾ ਸਲਮ ਸਟਾਰਸ 7 ਜੁਲਾਈ ਨੂੰ ਸਿਨੇਮਾ ਦੇ ਵਿੱਚ। ਜੀ, ਸਤਿ ਸ਼੍ਰੀ ਅਕਾਲ ਜੀ।